ਅਮੀਰ ਕਹਿੰਦੇ ਵੀ ਅੱਛਾ ਜਿਹੜੇ ਬੱਚੇ ਦੀ ਡੈਥ ਹੋਈ ਹੈ ਕੀ ਲੱਗ ਰਹੀ ਤੁਹਾਡਾ ਕਿਵੇਂ ਹੋਈ ਹੈ ਹਮਾਰਾ ਪੋਤਾ ਹੈ ਤਤਨੀ ਕੋ ਮੁਸਕੋ ਮਾਂ ਮਰ ਗਿਆ ਹਮ ਵੀ ਮਾਂ ਹੈ ਉਸਕੋ ਸਭ ਚੀਜ਼ਾਂ ਵੀ ਦੇ ਕਬ ਸੇ ਆਪਕੇ ਪਾਸ ਰਹਿ ਰਹਾ ਇਤਨੀ ਕੋ ਸੇ ਪੋਸਾ ਗੋਦੀਏ ਸਭ ਕਬ ਪਾਸ ਰਹਤੇ ਹੈ ਇੱਕ ਮਹੀਨਾ ਜੇ ਘਟਨਾ ਕਹਾਂ ਹੋਈ ਹੈ ਇੱਕ ਮਹੀਨਾ ਕਬ ਬਤਾ ਰਹੇ ਇਹ ਘਟਨਾ ਬਾ ਮਜਰਾ ਮੇ ਹੋਈ ਹੈ ਕੈਸੇ ਹੁਆ झाड़ा फिरने बचा जाते थे तुरंत लोग लिया बच्चा को कुत्ता 10-12 कुत्ता आप काम करने गए थे वहाँ हाँ काम करने गए थे पैसा नहीं देता था पैसा मांगने सब दिन जाते दिहाड़ी कलक गुड दो तक कहाँ पैसा दे देंगे आज गुडने के लिए गए थे हम ये सारी घटना आपके सामने हुई है हाँ फिर आपने छुड़ाया नहीं बच्चे को छुड़ाए जाए छुड़ा छुड़ा था लपक गया हमको पार तब तुरंत में नलिए तोड़ दिया बच्चा को कितने बजे की घटना है ये 8 बजे के और बच्चे के जो माँ बाप है वो माँ उसको नहीं हम भी पोसे हैं बाप है बाप है हाँ वो कहाँ पर है हाँ पुणे है अच्छा आप कहाँ से यूपी से या बिहार से नहीं बिहार से समस्तीपुर बिहार से कितनी उम्र थी बच्चे की बच्चा के फोटो आधार कार्ड में देखिए ना जे उम्र अंदाजन अंदाज 5.5 अच्छा ओए मैं उम्र होता है लिकाल क्या नाम है आपका बिंदेसर नाम ये जो आपका बच्चा है जहाँ आपका पोता है हाँ जी कैसे हुई ये घटना वो हम लोग गुदाई कर रहे थे वो गया लटरिंग करने के लिए उसने कुत्ता पकड़ लिया आपके सामने पकड़ा हाँ। नहीं हाँ कौन से कुत्ते थे वो जंगली कुत्ता है आवारा कुत्ते हड्डा रुड़ी भी है नहीं हड्डा नहीं है उस जगह गंदा कूड़ा के ढेर है पूरा है उस जगह नमाया ये नहीं समझ नहीं ना कितनी उम्र है बच्चे की 4 साल का माँ बाप है बच्चे के माँ नहीं है माँ सतवा है बाप अपना है आपके पास कितनी देर से रह रहा था बच्चा पढ़ता था नहीं पढ़ता था नहीं स्कूल में नाम लिखाया था मैं नहीं पढ़ा आपके पीछे चला गया ये हाँ हमारा पीछे चल गया था अच्छा कहाँ की घटना है ये बहुमजरा का गंदे नाले को 5-6 कुत्ता है और एक साथ हमला बोल दिया बच्चे हाँ एक साथ हो गया ये अकेला था हाँ अकेले गया था बात आपको पता नहीं चला नहीं फिर गया खोजने के लिए तब मिला3-4 चांस हो गए उजरे सीवरेज जेड़ा पाया हुआ हड्डा रूड़ी है जी सरपंच ने उत्थे बहुमाजरे वाले ने कई बार लिख के भी दिता भी हड्डा रूड़ी चकाई जाए पर कोई सुनवाई नहीं होंगी हैगी इन्हों का बेचारियों का कुछ माड़ी मोटी माली सहायता भी की जाए जो सट तो सरू असी भी करा हड्डा रूड़ी बारे तो यही कहना चाहते हैं जी उतो चकनी चाहिए है तो आए जी पहले भी चांस कई हो गए ਅੰਬਿਕਾ ਸੋਨੀਆ ਨੇ ਇਹ ਬੈਨ ਵੀ ਲਾਇਆ ਹੋਇਆ ਵੀ ਕੁੱਤਿਆਂ ਨੂੰ ਜਾਣੀ ਕਿ ਮਾਰਨਾ ਨਹੀਂਗਾ ਜਾਂ ਕੁਛ ਉਹਨਾਂ 'ਤੇ ਅਟੈਕ ਨਹੀਂ ਕਰਨਾ ਹੈਗਾ ਜੀ ਇੱਦਾਂ ਦੀ ਘਟਨਾ ਨੂੰ ਤੁਸੀਂ ਕਿੱਦਾਂ ਦੇਖਦੇ ਇਹ ਗਲਤ ਗੱਲ ਆ ਜੀ ਇਹ ਤਾਂ ਹੁਣ ਦੇਖੋ ਹੁਣ ਹਰੇਕ ਮਤਲਬ ਕਈ ਜਗ੍ਹਾ ਸੁਣਦੇ ਹਾਂ ਆਪਾਂ ਕਦੇ ਕਿਤੇ ਕੋਈ ਨਾ ਕੋਈ ਚਾਂਸ ਹੈ ਬੱਚਿਆਂ ਦਾ ਕੁੱਤਿਆਂ ਦਾ ਹੋ ਹੀ ਰਿਹਾ ਅਤੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਕੋਈ ਹੱਲ ਕਰੇ ਨਾ ਕੁੱਤਿਆਂ ਦਾ ਵਾਰਾਂ ਦਾ ਬੰਦਾ ਕੁੱਤੇ ਨੂੰ ਮਾਰਦਾ ਤਾਂ ਬੰਦੇ 'ਤੇ ਪਰਚਾ ਦਰਜ ਹੈ ਹਾਂਜੀ ਜੇ ਹੁਣ ਕੁੱਤੇ ਨੇ ਬੱਚੇ ਨੂੰ ਮਾਰਤਾ ਤਾਂ ਉੱਥੇ ਕਿਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤਾਂ ਹੁਣ ਕਾਰਵਾਈ ਪ੍ਰਸ਼ਾਸਨ ਨੂੰ ਪਤਾ ਜੀ ਕੌਣ ਕਰ ਸਕਦਾ ਐਂ ਹੁਣ ਬੱਚਾ ਇਹਨਾਂ ਦਾ ਵਿਚਾਰਿਆਂ ਦਾ ਗਰੀਬ ਬੰਦਿਆਂ ਦਾ ਮਾਰਿਆ ਗਿਆ ਜੀ ਜੇ ਕੁੱਤੇ ਨੂੰ ਮਾਰਦੇ ਆ ਤਾਂ ਇਹਨਾਂ 'ਤੇ ਪਰਚਾ ਹੋ ਜੂ ਹੁਣ ਕੁੱਤਿਆਂ ਨੇ ਇਹਨਾਂ ਦਾ ਬੱਚਾ ਮਾਰਤਾ ਉਹਦਾ ਕੋਈ ਹੱਲ ਨਹੀਂ ਹੈ ਮੇਰਾ ਨਾਮ ਜੀ ਅਰਸ਼ਪ੍ਰੀਤ ਸਿੰਘ ਹੈ ਮੈਂ ਜਿਹੜੀ ਇਹ ਬੱਚੇ ਦੀ ਮੌਤ ਹੋਈ ਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਅਸੀਂ ਤਾਂ ਇਹਦਾ ਬਹੁਤ ਵਿਰੋਧ ਕਰਦੇ ਹਾਂ ਜਦੋਂ ਇਹ ਤੀਸਰਾ ਹੱਲਾ ਹੈ ਜੀ ਪਿੰਡ ਬਹੁਮਾਜਰਾ 'ਚ ਪਹਿਲਾਂ ਵੀ 2 ਬੱਚੇ ਮਾਰ ਦਿੱਤੇ ਗਏ ਨੇ ਅੱਜ ਫਿਰ ਬੱਚੇ ਨੂੰ ਮਾਰਿਆ ਗਿਆ ਉਹ ਇਹ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਦੋਂ ਕੋਈ ਕੁੱਤੇ ਨੂੰ ਮਾਰਦਾ ਤਾਂ ਬੰਦਿਆਂ ਦੇ ਉੱਤੇ ਪਰਚਾ ਹੁੰਦਾ ਇਹ ਹੁਣ ਦੱਸਿਆ ਜਾਵੇ ਵੀ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਹੁਣ ਇਹ ਪਰਚਾ ਪ੍ਰਸ਼ਾਸਨ 'ਤੇ ਹੋਣਾ ਚਾਹੀਦਾ ਗਰੀਬ ਆਦਮੀਆਂ ਦੇ ਬੱਚੇ ਕੁੱਤੇ ਖਾ ਰਹੇ ਨੇ ਕੋਈ ਇਹਦਾ ਪ੍ਰਸ਼ਾਸਨ ਹੱਲ ਕਰਿਓ ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਕੀ ਕਾਰਨ ਇੱਥੇ ਕੁੱਤੇ ਇਸ ਜਗ੍ਹਾ 'ਤੇ ਜ਼ਿਆਦਾ ਨੇ ਜੀ ਇਹ ਆਹ ਸਾਰੀ ਹੱਡਾ ਰੋੜੀ ਆ ਜੀ ਜਿੰਨੇ ਸ਼ਹਿਰ ਦੇ ਡੰਗਰ ਮਰੇ ਹੋਏ ਨੇ ਉਹ ਸਾਰੇ ਇੱਥੇ ਸਿੱਟਦੇ ਨੇ ਜੀ ਸੀਵਰੇਜ ਦੇ ਉੱਤੇ ਸਿੱਟਦੇ ਨੇ ਕੁੱਤੇ ਉਹ ਮਾਸ ਖਾਣਾ ਗਿੱਝੇ ਹੋਏ ਨੇ ਜਦ ਉੱਥੇ ਡੰਗਰ ਨਹੀਂ ਹੁੰਦਾ ਤਾਂ ਇਹ ਬੱਚਿਆਂ ਨੂੰ ਪੈਂਦੇ ਨੇ ਜੀ
ਕੀ ਪ੍ਰਸ਼ਾਸਨ ਨੂੰ ਇਹਦਾ ਲਿਖਤੀ ਕੋਈ ਪਿੰਡ ਵੱਲੋਂ ਦਿੱਤਾ ਗਿਆ? ਪਹਿਲਾਂ ਅਸੀਂ ਜੀ ਦੋ ਹੱਲੇ ਹੋਏ ਨੇ ਜੀ, ਤਾਂ ਅਸੀਂ ਪ੍ਰਸ਼ਾਸਨ ਕੋਲ ਗਏ ਆ, ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਕਿਸੇ ਨੇ। ਪਿੰਡ ਦੇ ਸਰਪੰਚ ਨੇ ਅੱਗੇ ਹੋ ਕੇ ਸਾਰੇ ਪਿੰਡ ਨੇ ਗਏ ਆ ਜੀ, ਅਸੀਂ SMO ਸਾਹਿਬ ਕੋਲ ਗਏ ਆ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ। ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ, ਤੁਹਾਡਾ ਅੱਗੇ ਕੀ ਪ੍ਰੋਸੈਸ ਹੋਏਗਾ? ਅਸੀਂ ਰੋਡ ਜਾਮ ਕਰਾਂਗੇ ਜੀ ਜੇ ਨਹੀਂ ਸੁਣਵਾਈ ਹੋਊਗੀ। ਅਸੀਂ ਪੂਰਾ ਰੋਡ ਜਾਮ ਕਰਾਂਗੇ, ਛੋਟੇ ਛੋਟੇ ਬੱਚੇ ਨੇ ਸਾਰੇ ਪਿੰਡ ਦੇ ਵਿੱਚ ਜੀ, ਇਹ ਵੱਡੇ ਬੰਦਿਆਂ ਨੂੰ ਵੀ ਕੁੱਤੇ ਪੈਂਦੇ ਨੇ, ਛੋਟੇ ਛੋਟੇ ਬੱਚਿਆਂ ਨੂੰ ਖਾਂਦੇ ਨੇ ਜੀ। ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ, ਇਹਦਾ ਛੇਤੀ ਤੋਂ ਛੇਤੀ ਕੋਈ ਹੱਲ ਕੀਤਾ ਜਾਵੇ, ਨਹੀਂ ਸਾਰਾ ਪਿੰਡ ਅਸੀਂ ਰੋਡ ਜਾਮ ਕਰਾਂਗੇ ਜੀ। ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕੋਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।